ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਮਾਪਤ ਹੋਣ ਤੋਂ ਬਾਅਦ ਲਗਾਤਾਰ ਚੋਣਾਂ ਹੀ ਚੋਣਾਂ ਹੋ ਰਹੀਆਂ ਨੇ ਲੋਕ ਸਭਾ ਤੋਂ ਤੁਰੰਤ ਬਾਅਦ ਪਹਿਲਾਂ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਹੋਈ ਉਸ ਤੋਂ ਬਾਅਦ ਸਰਪੰਚੀ ਦੀਆਂ ਵੋਟਾਂ ਆ ਗਈਆਂ ਫਿਰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਨਵੰਬਰ ਦੇ ਵਿੱਚ ਵੋਟਾਂ ਪੈਣੀਆਂ ਨੇ ਵੋਟ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ 15 ਦਿਨਾਂ ਦੇ ਵਿੱਚ ਨਗਰਪਾਲਿਕਾ ਚੋਣਾਂ ਨੋਟੀਫਾਈ ਕਰਨ ਨੂੰ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਹੱਦਬੰਦੀ ਦੇ ਸੱਜਰੇ ਅਮਲ ਤੋਂ ਬਿਨਾ ਅਗਲੇ 15 ਦਿਨਾਂ ਦੇ ਵਿੱਚ ਨਗਰਪਾਲਿਕਾ ਤੇ ਨਗਰ ਨਿਗਮ ਲਈ ਚੋਣ ਪ੍ਰੋਗਰਾਮ ਨੋਟੀਫਾਈ ਕਰੇ ਹਾਈ ਕੋਰਟ ਦੇ ਹੁਕਮ ਇਸ ਲਈ ਵੀ ਅਹਿਮ ਨੇ ਕਿਉਂਕਿ 42 ਨਿਗਮਾਂ ਤੇ ਨਗਰਪਾਲਿਕਾਵਾਂ ਦੀ ਜਿਹੜੀ 5 ਸਾਲ ਦੀ ਮਿਆਦ ਪੁੱਕ ਮੁੱਕ ਚੁੱਕੀ ਹੈ ਤੇ ਚੋਣ ਬਕਾਇਆ ਹੈ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਦਾਲਤ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਇਹ ਹੁਕਮ ਜਾਰੀ ਕਰਨ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਉਹ ਇਨ੍ਹਾਂ ਹੁਕਮਾਂ ਦੇ 15 ਦਿਨਾਂ ਦੇ ਅੰਦਰ-ਅੰਦਰ ਸੰਵਿਧਾਨਿਕ ਅਧਿਕਾਰਾਂ ਦੀ ਪਾਲਣਾ ਕਰਦੇ ਹੋਏ ਹੱਦਬੰਦੀ ਦਾ ਕੋਈ ਨਵਾਂ ਅਮਲ ਸ਼ੁਰੂ ਕੀਤੇ ਬਿਨਾ ਸਾਰੀਆਂ ਸਬੰਧਿਤ ਨਗਰਪਾਲਿਕਾਵਾਂ ਤੇ ਨਗਰ ਨਿਗਮਾਂ ਦੀ ਨਗਰ ਨਿਗਮਾਂ ਦੇ ਲਈ ਚੋਣ ਪ੍ਰੋਗਰਾਮ ਨੋਟੀਫਾਈ ਕਰੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਖੇਤਰਪਾਲ ਦੇ ਡਿਵੀਜ਼ਨ ਬੈਂਚ ਨੇ ਪੰਚਾਇਤਾਂ ਤੇ ਨਗਰਪਾਲਿਕਾਵਾਂ ਦੀ ਮਿਆਦ ਬਾਰੇ ਸੰਵਧਾਨ ਦੀ ਧਾਰਾ 243ਈ ਤੇ ਧਾਰਾ 243ਯੂ ਦੇ ਹਵਾਲੇ ਨਾਲ ਜ਼ੋਰ ਦੇ ਕੇ ਕਿਹਾ ਕਿ 5 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਨਗਰਪਾਲਿਕਾਵਾਂ ਦਾ ਚੋਣ ਅਮਲ ਪੂਰਾ ਕਰਨਾ ਸੰਵਿਧਾਨਿਕ ਤੌਰ ਤੇ ਜ਼ਰੂਰੀ ਹੈ ਸੋ 15 ਦਿਨਾਂ ਦੇ ਅੰਦਰ ਅੰਦਰ ਹੁਣ ਪੰਚਾਇਤੀ ਚੋਣਾਂ ਤੋਂ ਬਾਅਦ ਨਗਰਪਾਲਿਕਾ ਤੇ ਨਗਰ ਨਿਗਮਾਂ ਦੀ ਚੋਣ ਹੈ ਜਿਹੜੀ ਉਸ ਦਾ ਪ੍ਰੋਗਰਾਮ ਵੀ ਨੋਟੀਫਾਈ ਹੋ ਸਕਦਾ ਹੈ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਵੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਨਾਲ ਸੰਬੰਧਿਤ 888 ਪਟੀਸ਼ਨਾਂ ਤੇ ਸੁਣਾਏ 129 ਸਫਿਆਂ ਦੇ ਆਪਣੇ ਫੈਸਲੇ ਵਿੱਚ ਦੋ ਅਹਿਮ ਕਾਨੂੰਨੀ ਨੁਕਤੇਆਂ ਨੂੰ ਸਪਸ਼ਟ ਕੀਤਾ ਹੈ ਪਹਿਲਾ ਤਾਂ ਇਹ ਕਿ ਚੋਣ ਅਮਲ ਦੌਰਾਨ ਰੱਦ ਕੀਤੀਆਂ ਨਾਮਜ਼ਦਗੀਆਂ ਨੂੰ ਚੈਲੰਜ ਕਰਦੀਆਂ ਰਿਟ ਪਟੀਸ਼ਨਾਂ ਸੁਣਵਾਈ ਯੋਗ ਹੀ ਨਹੀਂ ਹਨ ਇਸ ਕਰਕੇ ਖਾਰਜ ਕੀਤੀਆਂ ਜਾਂਦੀਆਂ ਨੇ ਦੂਸਰਾ ਇਹ ਕਿ ਜਦੋਂ ਸਿਰਫ ਇੱਕ ਉਮੀਦਵਾਰ ਮੈਦਾਨ ਦੇ ਵਿੱਚ ਰਹਿ ਜਾਵੇ ਦਾ ਕਾਨੂੰਨ ਬਿਨਾ ਮੁਕਾਬਲਾ ਚੋਣ ਦੀ ਪਰਵਾਨਗੀ ਦਿੰਦਾ ਹੈ ਤੇ ਇਸ ਕੇਸ ਦੇ ਵਿੱਚ ਨੋਟਾ ਦੇ ਬਦਲ ਦੀ ਅਣਹੋਂਦ ਨੂੰ ਬੇਲੋੜਾ ਬਣਾ ਦਿੰਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਇਹ ਇਹ ਇਹਨਾਂ ਪੰਚਾਇਤੀ ਚੋਣਾਂ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜਦੋਂ ਇੱਕ ਵੀ ਉਮੀਦਵਾਰ ਮੈਦਾਨ ਦੇ ਵਿੱਚ ਰਹਿ ਜਾਂਦਾ ਹੈ ਤਾਂ ਵੀ ਚੋਣ ਕਰਵਾਈ ਜਾਵੇ ਕਿਉਂਕਿ ਬਰਾਬਰ ਨੋਟਾ ਤਾਂ ਮੁਕਾਬਲੇ ਦੇ ਵਿੱਚ ਖੜਾ ਹੀ ਹੈ ਨੋਟਾ ਨੂੰ ਵੀ ਉਮੀਦਵਾਰ ਮੰਨ ਕੇ ਚੋਣ ਹੋਣੀ ਚਾਹੀਦੀ ਹੈ ਆਰਡਰ ਦੀ ਕਾਪੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਦਾਲਤ ਨੇ ਕਿਹਾ ਸੀ ਕਿ ਪੀੜਤਾਂ ਨੂੰ ਚਾਹੀਦਾ ਹੈ ਕਿ ਉਹ ਨਤੀਜਾ ਐਲਾਨੇ ਜਾਣ ਦੀ ਉਡੀਕ ਕਰਨ ਉਸ ਤੋਂ ਬਾਅਦ ਕਿਸੇ ਵੀ ਬੇਨਜਮੀ ਦੇ ਖਿਲਾਫ ਚੋਣ ਟ੍ਰਿਬਿਊਨਲ ਤੱਕ ਪਹੁੰਚ ਕਰਨ ਬੈਂਚ ਦਾ ਇਹ ਮੰਨਣਾ ਸੀ ਕਿ ਨਾਮਜ਼ਦਗੀਆਂ ਨੂੰ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਰੱਦ ਕਰਨਾ ਭਾਵੇਂ ਚੋਣ ਨੂੰ ਵਿਗਾੜਦਾ ਹੀ ਹੋਵੇ ਅਜਿਹਾ ਵਿਵਾਦ ਨਹੀਂ ਸੀ ਜੋ ਇਸ ਪੜਾ ਤੇ ਹਾਈ ਕੋਰਟ ਅੱਗੇ ਰੱਖਿਆ ਜਾ ਸਕਦਾ ਸੀ ਨਤੀਜੇ ਦੇ ਐਲਾਨ ਤੋਂ ਬਾਅਦ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਜਾ ਸਕਦੀ ਸੀ ਕੋਰਟ ਨੇ ਜਿਨ੍ਹਾਂ ਸੀਟਾਂ ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਉਥੇ ਨੋਟਾ ਦੀ ਉਪਲਬਧਤਾ ਬਾਰੇ ਦਲੀਲਾਂ ਨੂੰ ਵੀ ਖਾਰਜ ਕਰ ਦਿੱਤਾ। ਉਹਨਾਂ ਸਪਸ਼ਟ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 54 3 ਦੇ ਹਵਾਲੇ ਨਾਲ ਜਿੱਥੇ ਸਿਰਫ ਇੱਕ ਉਮੀਦਵਾਰ ਮੈਦਾਨ 'ਚ ਬਚ ਜਾਵੇ ਉਥੇ ਰਿਟਰਨਿੰਗ ਅਧਿਕਾਰੀ ਕਾਨੂੰਨ ਤਹਿਤ ਉਸ ਉਮੀਦਵਾਰ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਣ ਦੇ ਲਈ پابੰਦ ਹੈ। ਅਜਿਹੇ ਮਾਮਲੇ ਵਿੱਚ ਨੋਟਾ ਬਦਲ ਦੀਆਂ ਹੋਣ ਨੂੰ ਕੋਰਟ ਵੱਲੋਂ ਗੈਰਵਾਜਬ ਮੰਨਿਆ ਗਿਆ।